ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜਸਮੀਤ ਤੇ ਤੁਸੀਂ ਸੁਣ ਰਹੇ ਹੋ ਸਾਬਰੰਗ ਰੇਡੀਓ 94.7 FM ਤੇ ਮੈਂ ਲੈ ਕੇ ਆਇਆ ਹਾਂ ਤੁਹਾਡੇ ਲਈ ਕਰੰਟ ਪੰਜਾਬ ਦੇ ਇੱਕ ਖਾਸ ਪ੍ਰੋਗਰਾਮ ਜਿਸ ਵਿੱਚ ਮੈਂ ਗੱਲਬਾਤ ਕਰਦਾ ਹਾਂ ਪੰਜਾਬੀ ਗਾਇਕਾਂ ਦੀ। ਹੋਠੋਂ ਸੇ ਸ਼ੋਲੋ ਤੁਮ ਮੇਰਾ ਗੀਤ ਅਮਰ ਕਰ ਦੋ। ਇੱਕ ਆਵਾਜ਼ ਸਾਡੇ ਕੋਲ ਅਜਿਹੀ ਹੈ ਜਿਸ ਨੇ ਜੋ ਵੀ ਸ਼ਬਦ ਨੂੰ ਛੋਇਆ ਉਹ ਸ਼ਬਦ ਅਮਰ ਹੋ ਗਏ। ਗਹਿਰੀ ਤੇ ਸੁਰੀਲੀ ਜਿਵੇਂ ਇੱਕ ਸ਼ਹਿਦ ਦੀ ਨਦੀ ਤੇ ਇਹ ਆਵਾਜ਼ ਸੁਣ ਕੇ ਲੱਗਦਾ ਹੈ ਜਿਵੇਂ ਕਿ ਇੱਕ ਦੁਨੀਆ ਅੰਦਰ ਇੱਕ ਹੋਰ ਦੁਨੀਆ ਸਿਰਜ ਦਿੱਤੀ ਹੋਵੇ। ਇਸ ਗਾਇਕ ਦੀ ਆਵਾਜ਼ ਸੁਣ ਕੇ ਦਿਲ ਨੂੰ ਇੱਕ ਸਕੂਨ ਮਿਲਦਾ ਹੈ, ਇੱਕ ਆਨੰਦ ਮਿਲਦਾ ਹੈ, ਚਾਹੇ ਉਸ ਆਵਾਜ਼ ਵਿੱਚ ਗਮ ਦਾ ਇੱਕ ਦਰਿਆ ਹੋਵੇ ਜਾਂ ਕਿਸੇ ਦੀ ਯਾਦ ਦੀ ਤੜਪ ਜਾਂ ਕਿਸੇ ਦੇ ਪਿਆਰ ਦਾ ਅਹਿਸਾਸ। ਸੁਰ ਸਵਰ ਤੇ ਸੰਗਮ ਦਾ ਇੱਕ ਮੇਲ ਜਿਸ ਦੀ ਆਵਾਜ਼ ਵਿੱਚ ਅਲੱਗ ਕਸ਼ਿਸ਼ ਹੈ, ਅਲੱਗ ਜਾਦੂ ਹੈ। ਦੁਨੀਆ ਦੇ ਸ਼ੋਰ ਸ਼ਰਾਬੇ ਵਾਲੇ ਗਾਣਿਆਂ ਤੋਂ ਦੂਰ ਇੱਕ ਸ਼ਾਂਤ ਤੇ ਮਿੱਠੀ ਆਵਾਜ਼ ਦਾ ਮਾਲਿਕ ਜਗਜੀਤ ਸਿੰਘ। ਜੀ ਹਾਂ ਦੋਸਤੋ, ਮੈਂ ਅੱਜ ਗੱਲਬਾਤ ਕਰਾਂਗਾ ਜਗਜੀਤ ਸਿੰਘ ਜੀ ਦੇ ਬਾਰੇ ਤੇ ਤੁਸੀਂ ਕਿਤੇ ਜਾਣਾ ਨਹੀਂ, ਬਸ ਸੁਣਦੇ ਰਹੋ ਸਾਬਰੰਗ ਰੇਡੀਓ 94.7 FM ਤੇ। ਦੋਸਤੋ, ਜਗਜੀਤ ਸਿੰਘ ਅੱਜ ਦੇ ਜ਼ਮਾਨੇ ਦੇ ਗਜ਼ਲ ਗਾਇਕਾਂ ਵਿੱਚੋਂ ਸ਼੍ਰੇਸ਼ਟ ਮੰਨੇ ਜਾਂਦੇ ਹਨ। ਜਿੱਥੇ ਅੱਜ ਦੀ ਦੁਨੀਆ ਤੇ ਅੱਜ ਦੀ ਜਨਰੇਸ਼ਨ ਹਿਪ ਹੌਪ ਮਿਊਜ਼ਿਕ ਨੂੰ ਸੁਣਨਾ ਚਾਹੁੰਦੀ ਹੈ ਤੇ ਉਸ ਦੇ ਨਾਲ ਨਾਲ ਹੀ ਸਾਡੀ ਅੱਜ ਦੀ ਜਨਰੇਸ਼ਨ ਵਿੱਚ ਕਾਫੀ ਸਾਰੇ ਲੋਕ ਜਗਜੀਤ ਸਿੰਘ ਜੀ ਦੀ ਗਜ਼ਲਾਂ ਦੇ ਕਾਇਲ ਹਨ। ਦੋਸਤੋ, ਜਗਜੀਤ ਸਿੰਘ ਜੀ ਦਾ ਜਨਮ ਰਾਜਸਥਾਨ ਦੇ ਗੰਗਾਨਗਰ ਵਿੱਚ 8 ਫਰਵਰੀ 1941 ਨੂੰ ਹੋਇਆ। ਜਗਜੀਤ, ਜਿਸ ਦਾ ਮਤਲਬ ਹੈ ਜੱਗ ਨੂੰ ਜਿੱਤਣ ਵਾਲਾ। ਇਹਨਾਂ ਦੇ ਫਾਦਰ ਦਾ ਨਾਮ ਸਰਦਾਰ ਅਮਰ ਸਿੰਘ ਧੀਮਨ ਜੋ ਕਿ ਇੱਕ ਗਵਰਨਮੈਂਟ ਆਫਿਸਰ ਸਨ ਤੇ ਇਹਨਾਂ ਦੀ ਮਾਤਾ ਜੀ ਸਰਦਾਰਨੀ ਬਚਨ ਕੌਰ ਜੋ ਕਿ ਇੱਕ ਰਿਲੀਜੀਅਸ ਫੈਮਿਲੀ ਬੈਕਗ੍ਰਾਉਂਡ ਤੋਂ ਸੀ। ਤੇ ਜਗਜੀਤ ਸਿੰਘ ਜੀ ਨੇ ਖਾਲਸਾ ਹਾਈ ਸਕੂਲ ਗੰਗਾਨਗਰ ਤੋਂ ਆਪਣੀ ਮੈਟ੍ਰਿਕ ਦੀ ਪੜ੍ਹਾਈ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਡੀਏਵੀ ਕਾਲਜ ਵਿੱਚੋਂ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ।